ਕੀਤੀ ਸੀ। ਇਹਦੇ ਵਿੱਚ ਇੱਕ ਪ੍ਰਦੀਪ ਕੁਮਾਰ ਹੈ ਜਿਹੜਾ ਕਿ ਗੱਗ ਪਿੰਡ ਦਾ ਰਹਿਣ ਵਾਲਾ ਹੈ, ਅਨੰਦਪੁਰ ਸਾਹਿਬ ਦਾ। ਇਹਦੇ ਹੋਟਲ ਪਰ ਆਪਣੇ ਚਾਚੇ ਦੇ ਨਾਲ ਖੜਾ ਸੀ, ਤਾਂ ਇਹਨਾਂ ਦੋਹਾਂ ਲੜਕਿਆਂ ਨੇ ਝਪਟ ਮਾਰ ਕੇ ਉਹਨਾਂ ਤੋਂ ਜਿਹੜਾ ਇੱਕ ਪਰਸ ਹੈ ਖੋਲਿਆ ਸੀ। ਉਸ ਤੋਂ ਬਾਅਦ ਇਹਨੂੰ ਕਾਬੂ ਕੀਤਾ। ਉਸ ਤੋਂ ਪਹਿਲਾਂ ਇੱਕ ਗੱਲ ਸੁਣਨੇ 'ਚ ਵੀ ਆਈ ਸਾਡੇ ਕੋਲ, ਇਹਨੇ ਇੱਕ ਦਿਨ ਪਹਿਲਾਂ ਉਸ ਤੋਂ ਇੱਕ ਲੇਡੀ ਦਾ ਵੀ ਪਰਸ ਖੋਇਆ ਸੀ, ਉਹ ਪਟਿਆਲੇ ਦੀ ਸੀ, ਅਤੇ ਉਹਨਾਂ ਨੇ ਕੰਪਲੇਂਟ ਨਹੀਂ ਕਰਾਈ ਕਿਉਂਕਿ ਉਹ ਸ਼ਾਇਦ ਚਲੇ ਗਏ ਹੋਣੇ ਦੂਰ ਦੇ ਹੋਣ ਕਰਕੇ। ਤਾਂ ਇਹਨਾਂ ਕੋਲੋਂ ਇੱਕ ਤਲਵਾਰ ਵੀ ਅਤੇ ਇੱਕ ਗਰਾਰੀ ਜੀ ਵਾਲਾ ਜਿਹੜੀ ਚੇਨ ਦੀ ਵੈਪ, ਮਤਲਬ ਇੱਕ ਤਰ੍ਹਾਂ ਦਾ ਹੋਰ ਤਰ੍ਹਾਂ ਦਾ ਅਲੱਗ ਤਰ੍ਹਾਂ ਦਾ ਜਿਹੜਾ ਇੱਕ ਹਥਿਆਰ ਬਣਾਇਆ ਵਾ ਉਹ ਰਿਕਵਰ ਕੀਤਾ। ਅਤੇ ਇਹਨਾਂ ਦੋਨਾਂ ਬੰਦਿਆਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਹੈ ਜੀ। ਇਹਦੀ ਕਾਰਵਾਈ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਕੀਤੀ। ਇਹਨਾਂ ਕੋਲ ਬਿਨਾਂ ਨੰਬਰ ਹੀ ਡੀਲਕਸ ਮੋਟਰਸਾਈਕਲ ਹੈ, ਉਹ ਵੀ ਕਾਲੇ ਰੰਗ ਦਾ, ਉਹ ਵੀ ਇਹਨਾਂ ਕੋਲੋਂ ਮਿਲਿਆ ਹੈ। ਇੱਕ ਦਾ ਨਾਮ ਮਨਪ੍ਰੀਤ ਸਿੰਘ ਹੈ ਉਰਫ ਲਵਲੀ, ਦੂਜੇ ਦਾ ਨਾਮ ਕੁਲਵੰਤ ਸਿੰਘ ਹੈ। ਇਹਦਾ ਜਿਹੜਾ ਪਿੰਡ ਹੈ ਹੈਗਾ ਹਰਮਾ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ। ਅਤੇ ਇਹਨਾਂ ਨੇ ਉਸ ਸੁਣਿਆ ਉਹਦੇ ਵਿੱਚ ਕੁਝ ਪੈਸੇ ਵੀ ਸੀ ਜਿਹੜੇ ਲੇਡੀ ਦੇ, ਜਦੋਂ ਇਨਵੈਸਟੀਗੇਸ਼ਨ ਜੁਆਇਨ ਕਰਨਗੇ ਗੱਲ ਜਦੋਂ ਕਲੀਅਰ ਹੋਣੀ ਉਹ, ਉਹਦੇ ਵਿੱਚ ਕਰੀਬ 18,000 ਰੁਪਇਆ ਸੀ ਜੋੜਾ ਇਹਨੇ ਖਾ ਲਿਆ। ਮਤਲਬ ਉਹਨੂੰ ਮਤਲਬ ਕੰਮ ਕੀ ਕਰਦੇ ਸਰ, ਪੜ੍ਹਦੇ ਆ, ਕੀ ਕੰਮ ਹੈ, ਇਹੀ ਕੰਮ ਕਰਦੇ ਜੀ? ਇਸ ਬਾਰੇ ਹਲੇ ਮੈਂ ਪੁੱਛਗਿੱਛ ਕਰੂੰਗਾ ਚੰਗੀ ਤਰ੍ਹਾਂ। ਸਰ ਫੜੇ ਕਿੱਥੋਂ, ਮੌਕੇ 'ਤੇ ਕੋਈ ਵਾਰਦਾਤ ਕਰ ਰਹੇ ਸੀ ਉੱਥੋਂ? ਇਹ ਹਾਂ, ਉੱਥੇ ਵਾਰਦਾਤ ਕਰ ਰਹੇ ਸੀ ਤੁਹਾਡੇ, ਇੱਥੇ MP ਦੀ ਕੋਠੀ ਟੱਪ ਕੇ ਇੱਕ ਢਾਬਾ ਆਉਂਦਾ ਡੀਲਕਸ, ਉੱਥੇ ਕਪਲ ਉਸ ਢਾਬੇ ਦੇ ਕੋਲੋਂ, ਤਾਂ ਉਹਨਾਂ ਨੇ ਹੀ ਲੋਕਾਂ ਨੇ ਇਹਨੂੰ ਕਾਬੂ ਕਰ ਲਿਆ ਸੀ। ਇਹਨਾਂ ਨੇ ਕਿਹੜੀ ਵਾਰਦਾਤ ਕੀਤੀ ਸੀ ਜਿਹਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਗਿਆ ਜੀ? ਇਹਨਾਂ ਨੇ ਖੋ ਕੀਤੀ ਸੀ, ਸਨੈਚਿੰਗ। ਕਦੀ ਮਾਮਲਾ ਜੋ ਦੱਸ ਦਿਓ। ਇਹ ਮਾਮਲਾ ਇੱਕ ਤਾਂ ਕੱਲ੍ਹ ਦਾ ਹੈ ਜੀ, ਅਤੇ ਇੱਕ ਪਰਸੋਂ ਦਾ ਹੈ, ਮਤਲਬ ਦੋ ਮਾਮਲੇ ਜਿਹੜੇ ਸਾਡੇ ਸਾਹਮਣੇ ਆਏ ਨੇ। ਪੁਲਿਸ ਨੇ 24 ਘੰਟੇ 'ਚ ਫੜ ਲਿਆ ਜੀ ਇਹਨਾਂ ਨੂੰ? ਉਸ ਟਾਈਮ ਫੜ ਲਏ, ਲੋਕਾਂ ਨੇ ਵੀ ਦੇਖੋ ਇਸ ਮਦਦ ਕੀਤੀ ਹੈ। ਪਰ ਆਪਾਂ ਨੂੰ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਖਾਸ ਕਰਕੇ ਸਨੈਚਿੰਗ ਪਰ ਜ਼ੀਰੋ ਟੋਲਰੈਂਸ ਪੋਲਿਸੀ ਹੈ ਜੀ, ਕਿ ਜੇ ਕੋਈ ਇਹੋ ਜਿਹੀ ਵਾਰਦਾਤ ਕਰਦਾ ਤਾਂ ਉਹਨੂੰ ਨਹੀਂ ਛੱਡਣਾ। SSP ਸਾਹਿਬ ਨੇ ਸਾਨੂੰ ਖਾਸ ਦਿਸ਼ਾ ਨਿਰਦੇਸ਼ ਦਿੱਤੇ ਨੇ, ਅਤੇ ਡਿਪਟੀ ਸਾਹਿਬ ਦੀ ਨਿਗਰਾਨੀ ਹੇਠ ਅਸੀਂ ਜਿਹੜਾ ਇਹਨਾਂ ਨੂੰ ਜਿਹੜਾ ਹੈ ਇਹ ਅਸੀਂ ਫੜਿਆ। ਅਤੇ ਇਹਨਾਂ ਦੇ ਆਇਆ ਸੀ ਜਿਹੜਾ ਉਹ ਲੇਡੀ ਦਾ ਪਰਸ ਹੈ ਜਿਹੜਾ ਖੋਇਆ ਸੀ, ਉਹਦੇ ਵਿੱਚ ਜਿਹੜਾ ਹੈਗਾ ਕਰੀਬ 18,000 ਰੁਪਇਆ ਸੀ, ਅਤੇ ਉਹ ਇਹ ਮਤਲਬ ਨਹੀਂ ਪਰ ਪੈਸੇ ਹੀ ਨਹੀਂ ਮਤਲਬ ਖਾ ਲੈਣੇ ਆਪਣੇ ਮਾੜੇ ਕੰਮਾਂ ਲਈ ਯੂਜ਼ ਕਰ ਲਏ। ਹਥਿਆਰ ਕਿਹੜੇ ਕਿਹੜੇ, ਉਹ ਵੀ ਰਿਪੀਟ ਕਰ। ਇੱਕ ਹਥਿਆਰ ਤਲਵਾਰ ਸੀ ਜੀ, ਇੱਕ ਗਰਾਰੀ ਸੀ ਚੇਨ ਦੀ ਜਿੱਦਾਂ ਹੁੰਦੀ, ਉਹ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਇੱਕ ਮਿੰਟ 'ਚ। ਅੱਛਾ, ਜਦੋਂ ਇਹਨੀ ਲੁੱਟ ਖੋਹ ਕੀਤੀ ਉਦੋਂ ਇਹਨੇ ਅਟੈਕ ਵਗੈਰਾ ਕੀਤਾ ਉਹਨਾਂ 'ਤੇ? ਹਾਂ, ਇੱਕ ਬੰਦਾ ਮੋਟਰਸਾਈਕਲ 'ਤੇ ਖੜ੍ਹ ਜਾਂਦਾ ਸੀ ਅਤੇ ਦੂਜਾ ਬੰਦਾ ਖੋਹ ਕਰਕੇ ਭੱਜਣ ਦੀ ਕੋਸ਼ਿਸ਼ ਕਰਦਾ, ਜੇ ਕੋਈ ਆਊਗਾ ਤਾਂ ਹਥਿਆਰ ਦਿਖਾ ਕੇ ਭੱਜ ਜਾਂਦੇ ਸੀ। ਮੋਟਰਸਾਈਕਲ ਦਾ ਨੰਬਰ ਹੈਗਾ ਸੀ ਜੀ ਲਿਖਿਆ ਹੋਇਆ? ਨਹੀਂ, ਬਿਨਾਂ ਨੰਬਰ ਹੀ ਮੋਟਰਸਾਈਕਲ ਜੀ, HF ਡੀਲਕਸ। ਗੜਸ਼ੰਕਰ ਦੇ ਨਾਲ ਸੰਬੰਧ? ਇਹ ਥਾਣਾ ਗੜਸ਼ੰਕਰ ਜੀ, ਪਿੰਡ ਹਰਮਾ। ਦੋਨੋਂ ਇੱਕੋ ਪਿੰਡ ਦੇ? ਦੋਨੋਂ ਇੱਕੋ ਪਿੰਡ ਦੇ। ਮਤਲਬ ਇਹ ਸਾਨੂੰ ਖਾਸ ਦਿਸ਼ਾ ਨਿਰਦੇਸ਼ ਸੀ ਮਾਨਯੋਗ SSP ਸਾਹਿਬ ਵੱਲੋਂ ਕਿ ਅਸੀਂ ਜ਼ੀਰੋ ਟੋਲਰੈਂਸ ਰੱਖਣੀ ਇਸ ਗੱਲ 'ਤੇ, ਤਾਂ ਆਪਾਂ ਕਾਰਵਾਈ ਕਰਦੇ ਇਹਨਾਂ ਨੂੰ ਅਰੈਸਟ ਕੀਤਾ। ਮੈਂ ਜਿੰਨੋ ਵੀ ਟਾਈਮ ਵੀ ਗਸ਼ਤ ਨਿਕਲਦਾ ਜਾਂ ਨਾਕੇ 'ਤੇ ਹੁੰਦਾ, ਮੇਰਾ ਫੋਕਸ ਉਹਦੇ 'ਤੇ ਹੀ ਹੁੰਦਾ ਜੀ। ਮੈਂ ਉਹਨੂੰ ਕਿਤੇ ਵੀ ਮਿਲੇ ਤਾਂ ਉਹਨਾਂ ਨੂੰ ਆਪਾਂ ਇੰਪਾਊਂਡ ਕਰ ਦਈਦਾ ਜੀ। ਅਤੇ ਇਲਾਕੇ ਦੇ ਵਿੱਚ ਜਿੱਦਾਂ ਲੁੱਟ ਖੋਹ ਕਰਦੀ ਹੈ ਜੀ, ਇਸ 'ਤੇ ਰੋਕਣ ਵਾਸਤੇ ਪੁਲਿਸ ਵੱਲੋਂ ਕਿਹੜੇ ਐਫਰਟਸ ਉਹਨਾਂ ਅਲੱਗ ਤੋਂ ਵੀ ਕੀਤੇ ਜਾ ਰਹੇ ਜੀ ਤਾਂ ਵੀ ਇਸ ਤਰ੍ਹਾਂ ਵਾਰਦਾਤਾਂ ਨਾ ਹੋਣ? ਦੇਖੋ ਜੀ, ਪ੍ਰੀਵੈਂਟਿਵ ਤਾਂ ਅਸੀਂ ਹਮੇਸ਼ਾ ਰਹਿੰਦੇ, ਜਦੋਂ ਗਸ਼ਤ ਸਾਡੀ ਨਿਕਲਦੀ ਹੈ ਨਾਕਾਬੰਦੀ ਹੁੰਦੀ, ਪਰ ਅਗਰ ਸਾਡੇ ਕੋਲ ਕੋਈ ਕ੍ਰਾਈਮ ਹੁੰਦਾ ਹੈ, ਸਾਨੂੰ ਪਤਾ ਲੱਗਦਾ ਕਿਸੇ ਕ੍ਰਾਈਮ ਦਾ, ਆਪਾਂ ਉਹਨੂੰ ਟਰੇਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਜੀ। ਜਿੱਦਾਂ ਹੁਣ ਇਹ ਹੋਇਆ, ਆਪਾਂ ਮਤਲਬ ਬਿਲਕੁਲ ਇਹਨਾਂ ਨੂੰ ਜਿਹੜਾ ਅਰੈਸਟ ਕੀਤਾ ਜੀ। ਨੌਜਵਾਨਾਂ ਦਾ ਇੱਕ ਵਾਰੀ ਨਾਮ ਫਿਰ ਬੋਲੋ। ਇੱਕ ਦਾ ਨਾਮ ਸੀ ਜੀ ਮਨਪ੍ਰੀਤ ਸਿੰਘ ਉਰਫ ਲਵਲੀ, ਦੂਜੇ ਦਾ ਕੁਲਵੰਤ ਸਿੰਘ, ਵਾਸੀ ਪਿੰਡ ਹਰਮਾ ਥਾਣਾ ਗੜਸ਼ੰਕਲ ਜ਼ਿਲ੍ਹਾ ਹੁਸ਼ਿਆਰਪੁਰ। ਦੋਨੋਂ ਇੱਕੋ ਪਿੰਡ ਦੇ ਜੀ? ਬਿਲਕੁਲ ਜੀ, ਬਿਲਕੁਲ। ਕਿੰਨੇ ਪੜ੍ਹੇ ਲਿਖੇ ਲੜਕੇ? ਉਹ ਪਿੰਡ ਗੱਗ ਦਾ ਸ਼੍ਰੀ ਅਨੰਦਪੁਰ ਸਾਹਿਬ ਥਾਣਾ, ਉੱਥੇ ਹੁੰਦਾ ਹੋਟਲ ਹੈ ਜੀ ਛੋਟਾ ਜਿਹਾ, ਕਪਿਲ ਢਾਬੇ ਤੋਂ ਅੱਗੇ ਨਾ। ਦੂਜੀ ਵਾਰਦਾਤ ਕਰਦੇ ਸਮੇਂ ਫੜੇ ਗਏ, ਜੋ ਪੁੱਛਗਿੱਛ ਚ ਆਇਆ ਨੀ, ਪਹਿਲਾਂ ਵੀ ਇੱਕ ਲੇਡੀ ਦਾ ਪਰਸ ਖੋਇਆ ਸੀ ਉੱਥੇ ਹੀ। ਇਨਵੈਸਟੀਗੇਸ਼ਨ ਪਤਾ ਲੱਗਿਆ ਹੁਣ ਲੇਡੀ ਨੂੰ, ਆਪਾਂ ਜਦੋਂ ਇਨਵੈਸਟੀਗੇਸ਼ਨ ਜੁਆਇਨ ਕਰਾਉਂਗੇ
ਤਾਂ ਫਿਰ ਸਾਨੂੰ ਦੱਸਣਗੇ। ਇਹਨਾਂ ਨੂੰ ਅਦਾਲਤ ਵਿੱਚ ਕਦੋਂ ਪੇਸ਼ ਕੀਤਾ ਜਾਵੇਗਾ? ਅੱਜ ਪੇਸ਼ ਕਰ ਦਿੱਤਾ ਜੀ, ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਲਿਆ, ਪੁੱਛ ਗਿੱਛ ਲਈ ਜੀ ਪੂਰੀ ਤਰ੍ਹਾਂ। ਹੁਣ ਸਖਤੀ ਨਾਲ ਪੁੱਛ ਗਿੱਛ ਹੋਊਗੀ ਜੀ? ਬਿਲਕੁਲ ਜੀ। ਤੁਹਾਨੂੰ ਆਸ ਹੈ ਕਿ ਹੋਰ ਵੀ ਕਲਾਸੇ ਹੋਊਗੇ, ਕਿਉਂਕਿ ਜਿਸ ਤਰ੍ਹਾਂ ਲਗਾਤਾਰ 2 ਦਿਨਾਂ 'ਚ ਇਹਨਾਂ ਨੇ 2 ਵਾਰਦਾਤਾਂ ਕੀਤੀਆਂ ਹੈ। ਹਾਂਜੀ, ਅਗਰ ਇੱਦਾਂ ਹੁੰਦਾ ਸਾਡੇ ਕੋਈ ਵਾਰਦਾਤ ਅਨਟਰੇਸ ਹੁੰਦੀ ਤਾਂ ਜ਼ਰੂਰ ਹੋਣਾ ਸੀ, ਪਰ ਸਾਡੇ ਫਿਲਹਾਲ ਕੋਈ ਅਨਟਰੇਸ ਵਾਰਦਾਤ ਹੈ ਨਹੀਂ। ਤਾਂ ਜੇ ਹੋਰ ਜ਼ਿਲ੍ਹੇ ਦੀ ਕੋਈ ਹੁੰਦੀ ਹੈ ਤਾਂ ਹੋਰ ਪੁਲਿਸ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਥਾਣਿਆਂ ਦੀ ਨੂੰ ਕਿ ਇਹਨਾਂ ਦੇ ਪੁੱਛ ਗਿੱਛ ਕਰ ਲਈ ਜਾਵੇ, ਹਿਮਾਚਲ ਦੇ ਨਾਲ ਲੱਗਦੇ ਸਾਡਾ ਬਾਰਡਰ ਮਹਿਤਵਰ ਥਾਣਾ ਜਾਂ ਹੋਰ ਥਾਣਾ ਜੀ। ਉਹ ਵੀ ਉਸੀ ਰੋਡ ਤੇ ਜੀ, ਉਹਦੇ ਪਾਸੇ ਕਪਲ ਟਾਪ, ਹਾਂਜੀ ਮੁੱਖ ਹਾਈਵੇ ਤੇ ਹੋਈ ਸੀ, ਪਰ ਉਹਦੀ ਇਨਫੋਰਮੇਸ਼ਨ ਨਹੀਂ ਸਾਨੂੰ ਮਿਲੀ, ਬਾਅਦ ਚ ਹੀ ਪਤਾ ਲੱਗਿਆ ਜਦੋਂ ਇਹਨਾਂ ਨੂੰ ਅਸੀਂ ਮਤਲਬ ਰਾਊਂਡ ਅਪ ਕੀਤਾ ਸੀ। ਅੱਛਾ, ਇਹਨਾਂ ਨੇ ਦੱਸਿਆ ਵੈਸੇ ਕੀਤਾ? ਹਾਂ ਇਹਨਾਂ ਨੇ ਦੱਸਿਆ ਇਨਵੈਸਟੀਗੇਸ਼ਨ ਚ। ਚਲੋ।